ਕਿਵੇਂ ਆ ਲਾਲਾ? ਕਿਵੇਂ ਮੂੰਹ ਜਿਹਾ ਢਿੱਲਾ ਕਰੀ ਫਿਰਦਾ? ਲੱਗਦਾ ਲਾਲੀ ਨੇ ਘੜੀਸ ਘੜੀਸ ਕੁੱਟਿਆ। ਓ ਦਾਦੀ ਚਾਂਦਲ ਚੜੀ ਰਹਿੰਦੀ ਹੈ ਤੈਨੂੰ, ਜੇ ਪੰਗਾ ਲੈਣਾ ਕਿੱਥੇ ਚੱਜ ਦੇ ਨਾਲ ਲੈ, ਕੋਈ ਤੇਰਾ ਘਰ ਪੂਰਾ ਕਰੇ। ਓ ਆ ਜਾ ਤੂੰ ਹੀ ਦੇਖ ਲੈ ਝੱਟ, ਕੌਣ ਆ ਤੂੰ ਵੀ ਬੜਾ ਖੱਬੀ ਖਾਣਾ ਹੈ, ਸ਼ੀਸ਼ੇ ਮੂਹਰੇ ਖੜ ਖੜ ਡੋਲੇ ਦੇਖਦਾ। ਓ ਕੀ ਤੇਰੇ ਮੂੰਹ ਲੱਗਣ, ਨਾ ਤੇਰੇ ਕੋਈ ਅੱਗੇ ਨਾ ਪਿੱਛੇ, ਉੱਠ ਦੀ ਪੂਛ ਭਰ ਗਿਆ ਤੂੰ ਤਾਂ। ਆਇਆ ਦੇਖ ਲੈ ਝੱਟ ਜੇ ਦੇਖਣੀ ਆ। ਕਿਉਂ ਤਿੰਗੜਦਾ ਐਵੇਂ ਯਾਰ ਤੂੰ ਬਿਨਾਂ ਗੱਲ ਤੋਂ, ਜਿਵੇਂ ਕਿੱਲੇ ਦੇ ਕੱਟਾ ਤਿੰਗੜਦਾ ਹੁੰਦਾ। ਮਜ਼ਾਕ ਕੀ ਕੀਤਾ, ਤੇਰੇ ਡਾਂਗ ਤਾਂ ਨੀ ਮਾਰੀ, ਐਵੇਂ ਤੱਤਾ ਹੋਇਆ ਫਿਰਦਾ। ਡਾਂਗ ਮਾਰ ਕੇ ਦੇਖ, ਨਾਲੇ ਤੈਨੂੰ ਪਤਾ ਲੱਗ ਜੂ ਵੱਡੇ ਬੰਦਵਾਸ ਨੂੰ ਵੀ ਕਿਵੇਂ ਮਾਰੀ ਦੀ ਆ ਡਾਂਗ। ਅੱਛਾ ਮਾਰਾ, ਮਾਰ ਕੇ ਦੇਖ ਕਦੇ ਆ ਜਾ, ਤੈਨੂੰ ਪਤਾ ਲੱਗ ਜੂਗਾ, ਹੋਰ ਨਾਲੇ ਨਹੀਂ ਪੰਗੇ। ਬਾਈ ਕੀ ਕਹਿੰਦਾ ਲਾਲਾ ਤੈਨੂੰ, ਕਿਉਂ ਵਿਚਾਰੇ ਨੂੰ ਤੰਗ ਕਰੀ ਜਾਂਦੇ? ਉਹ ਕਹਿੰਦਾ ਤਾਂ ਬਾਈ ਮੈਂ ਵੀ ਕੁਛ ਨਹੀਂ, ਉਹਨੂੰ ਉਹ ਤਾਂ ਹੱਸ ਖੇਡ ਕੇ ਟਾਈਮ ਪਾਸ ਹੋ ਜਾਂਦਾ। ਉਹ ਤਾਂ ਵਿਚਾਰਾ ਡਰਿਆ ਫਿਰਦਾ, ਲਾ ਲੈਂਦਾ। ਉਹ ਤਾਂ ਡਰਿਆ ਫਿਰਦਾ ਇੱਥੋਂ, ਉਹ ਕਾਹ ਨੂੰ ਕੁਛ ਨਹੀਂ ਹੁੰਦਾ। ਬਾਈ ਐਵੇਂ ਨਹੀਂ ਕਰਿਆ ਕਰਦੇ, ਲਾਲੇ ਨਹੀਂ ਇੰਨਾ ਚੱਲਦੇ, ਇਹ ਤਾਂ ਫੇਰ ਵੀ ਹੋਰਾਂ ਨਾਲੋਂ ਵਧੀਆ। ਉਹ ਮੇਰੇ 'ਤੇ ਤਾਂ ਐਵੇਂ ਹੀ ਗੁੱਸਾ ਕਰੀ ਜਾਂਦਾ, ਉਹ ਕੁੜਦੀ ਤਾਂ ਉਹਨੂੰ ਲਾ ਲਈ ਹੈ। ਅੱਛਾ ਉਹ ਖੋਟੀ ਹੈ, ਠੀਕ ਹੈ। ਖਾਸਾ ਔਖਾ ਇਹਦਾ, ਕਿਸੇ ਨਾਲ ਵਾਹੇ ਨਹੀਂ ਪਿਆ। ਕਬੀਲਦਾਰ ਬੰਦੇ ਨੂੰ ਛੋ ਛੋ 'ਚ ਹੁੰਦੀ ਹੈ, ਛੜਾ ਮਲੰਗ ਹੈ, ਛੋ 'ਚ ਨਹੀਂ ਫਿਕਰ ਨਹੀਂ ਕੋਈ, ਇਹਦਾ ਵਾਹ ਨਹੀਂ ਪਿਆ ਕਿਸੇ ਨਾਲ। ਇਹਨੇ ਕਿਹੜਾ ਚੂੜੇ ਵਾਲੀ ਨੂੰ ਦਵਾਈ ਦਵਾਉਣੀ ਹੈ ਭਾਈ, ਜਾਂ ਜਵਾਕ ਪੜਾਉਣਾ, ਇਹਨਾਂ ਕੰਮਾਂ 'ਤੇ ਹੈ ਮਲੰਗ। ਕਦੇ ਕਿਸੇ ਨਾਲ ਪੰਗਾ ਲੈ ਲਿਆ, ਕਦੇ ਕਿਸੇ ਨਾਲ ਪੰਗਾ ਲੈ ਲਿਆ। ਵਿਆਹ ਬੂਹੇ ਕਰਾ ਦੇਦਾ, ਹਏ ਆਪੇ ਟਿਕ ਜੂ, ਮੂੰਹ ਤੋਂ ਮੱਖੀ ਨਹੀਂ ਉੱਠਣੀ ਵੱਡੇ ਬੇਲੀ ਦੇ। ਹਏ ਛੱਟ ਵੀ ਕਸੂਤੀ ਮਾਰ ਗਿਆ। ਹਏ ਹਏ ਛੱਟ ਮਾਰ ਗਿਆ ਕੰਜਰ, ਨਾਲੇ ਮੈਂ ਅੱਕਿਆ ਹੋਇਆ, ਕਦੇ ਅੱਕ ਚੱਬ ਜੂ, ਇੱਕ ਡਾਂਗ ਨਹੀਂ ਚੱਲਣੀ ਮੇਰੀ, ਸਾਰੀ ਚਾਂਬਲ ਤਾਰ ਦੂੰਗਾ ਮੈਂ। ਆ ਗਿਆ ਭਾਈ? ਹਾਂਜੀ ਆ ਗਿਆ ਜੀ। ਲੈ ਤੂੰ ਇਹਨੇ ਦੁਕਾਨ ਤੇ ਬੈਠ ਜਾ, ਮੈਂ ਰੋਟੀ ਰੋਟੀ ਖਾਇਆ ਵਾ। ਹਾਂਜੀ ਖਾਇਆ ਜੀ, ਕੋਈ ਗੱਲ ਨਹੀਂ। ਵੱਡਾ ਬਾਈ ਠੀਕ ਹੈ ਕਹਿੰਦਾ ਹੁੰਦਾ, ਬਈ ਜੱਟ ਦੀ ਜਾਰੀ ਦੀ ਮਾੜੀ, ਦੁਸ਼ਣ ਦੀ ਮਾੜੀ। ਮੈਂ ਆਪੇ ਇਹਨੂੰ ਸਿਰ ਚਾੜ ਲਿਆ, ਕੋਈ ਤਾਂ ਹੱਲ ਕਰਨਾ ਪਊ। ਕੀ ਕਰਾਂ ਕੀ ਕਰਾਂ, ਕੋਈ ਤਾਂ ਇਹਦਾ ਹੱਲ ਕਰਨਾ ਪਊਗਾ। ਛੱਟ ਮਾਰ ਗਿਆ ਕੰਜਰ। ਅੱਜ ਵੱਡੇ ਬਾਈ ਨਾਲ ਰਹਿ ਕਰਦਾ, ਉਹਨੂੰ ਪੁੱਛਦਾ, ਉਹਨੇ ਬੜੇ ਇਹੋ ਜਿਹੇ ਜੱਟ ਠੀਕ ਕਰੇ ਹੋਣੇ। ਵੱਡੇ ਬਾਈ ਨਾਲ ਕਰਦਾ ਰਹਿ, ਅੱਜ ਆ ਜਾਣ ਦੋ ਹੱਟ 'ਤੇ, ਪੁੱਛਦੇ ਉਹਨੂੰ ਵੀ ਇਹਦਾ ਕੀ ਹੱਲ ਕਰੀਏ। ਓਏ ਸੇਠਾ ਆਇਆ ਹੁਣ ਟੱਕਰ ਲੈ, ਕਹਿੰਦਾ ਤੇ ਚਾਂਬਲ ਲਾਵਾਂ ਤੇਰੀ ਮੈਂ, ਆ ਜਾ ਬੜਾ ਖੱਬੀ ਖਾਣ। ਓ ਕਿੱਥੇ ਆ?
ਪਾਛਾ ਓਖੇ ਤੂੰ ਕੀ ਜਵਾਨੀ ਚੱਲ ਰਹੀ ਤੈਨੂੰ ਮੈਂ ਤੂੰ ਕਹਿੰਦਾ ਸੀ ਮੈਂ ਚੰਬਲ ਲਾਉ ਹਾਂ ਤੇਰੀ ਆ ਜਾ ਟੱਕਰ ਲੈ ਆਉਣਾ ਅੱਜ ਫਿਰ ਦੇਖ ਲਈ ਝੱਟ ਕੇ ਆ ਜੀ ਕੀ ਤੈਨੂੰ ਤਾਂ ਏ ਮਾਤਾ ਓ ਗੰਜਰਾ ਆ ਜਾ ਹੁਣ ਓ ਬੱਗਿਆ ਫਿਰ ਬੋਲੇਗਾ ਨਾ 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 ਕਿ ਤੈਨੂੰ ਕੁਝ ਕਹਿੰਦਾ ਬੜਾ ਮਸਤ ਹੈ ਪਿਆ ਚੱਲ ਬੜਾ ਖੱਬੀ ਖਾਨ ਕੀ ਹੋ ਰਿਹਾ ਜੀ ਭਾਈ ਰੁਕੇ ਜੇ ਮਾਰਦਾ ਕੀ ਮੈਂ ਕੁਛ ਨੀ ਭਾਈ ਕੁਛ ਨੀ ਹੋਇਆ ਇਹਦੇ ਨਾਲ ਨਾ ਤੂੰ ਪੰਗੇ ਲਿਆ ਕਰ ਜੱਟ ਨਾਲ ਨਾ ਆਪਾਂ ਇਹਦੇ ਨਾਲ ਕੀ ਪੰਗੇ ਲੈਣੇ ਨੇ ਆਪਣੀ ਜਗ੍ਹਾ ਆਪਾਂ ਆਪਣੀ ਜਗ੍ਹਾ ਹਾਂ ਬਾਈ ਆਪਣੇ ਕੋਲੇ ਇੰਨਾ ਪੈਸਾ ਆ ਜੱਟ ਕੋਲੇ ਆਪਣੇ ਤੋਂ ਜ਼ਿਆਦਾ ਪੈਸਾ ਜਦੋਂ ਦੇਖੇ ਹੱਸਦਾ ਮਿਲਦਾ ਸਾਰਾ ਦਿਨ ਖੁਸ਼ ਰਹਿੰਦਾ ਸੀ ਆਪਾਂ ਤਾਂ ਬਾਈ ਇਹ ਕਦੇ ਹੱਛੇ ਨੀ ਕਿੰਨਾ ਕਿੰਨਾ ਪੈਸਾ ਇਹ ਪਤਾ ਨੀ ਕਰਦਾ ਇੰਨਾ ਖੁਸ਼ ਰਹਿੰਦਾ ਸਾਰਾ ਦਿਨ ਚੰਬਲ ਚੜੀ ਰਹਿੰਦੀ ਇਹਨੂੰ ਤਾਂ ਕਾਹਨੂੰ ਇਹਦੇ ਕੋਲੇ ਪੈਸਾ ਸਿਗਰਾ ਲੰਘ ਬੰਦਾ ਦੀਵਾਨੀ ਨੀ ਇਹਦੇ ਕੋਲੇ ਹੈਗੀ ਅੱਛਾ ਫਿਰ ਇੰਨੇ ਖੁਸ਼ ਕਿਵੇਂ ਰਹਿੰਦੇ ਕੱਲ ਚਾੜ ਚਾੜ ਚ ਕੰਜਰ ਮੇਰੇ ਛੱਟ ਮਾਰ ਗਿਆ ਜੀਪ ਜੀਆ ਕਰਦੀ ਮੈਨੂੰ ਤਾਂ ਬਾਹਰ ਨੀ ਨਿਕਲ ਦਿੰਦਾ ਮੈਂ ਤਾਂ ਤਪਾਨ ਖਿਆ ਨੀ ਕੰਜਰ ਨੇ ਓਏ ਕਰਦੇ ਨੇ ਇਹਦਾ ਇਲਾਜ ਐਡੀ ਗੱਲ ਨੀ ਇਹ ਤਾਂ ਭੱਜਿਆ ਫਿਰੂ ਰਾਮ ਰਾਮ ਕਿਆ ਕਰੂ ਜਿੱਥੇ ਮਿਲਿਆ ਕਰੂ ਇਹ ਤਾਂ ਅੱਛਾ ਇਹ ਉੱਠ ਵੀ ਪਹਾੜ ਥੱਲੇ ਆਜੂਗਾ ਇਹਦਾ ਛੇਤੀ ਕਰੋ ਜੀ ਕੋਈ ਇਲਾਜ ਮੈਨੂੰ ਤਾਂ ਨਾ ਤਪਾਨ ਖੇ ਉੱਥੇ ਛੱਡ ਅਸੀਂ ਨਾ ਭਾਈ ਹੱਥ ਦੀ ਗੁੱਜੀ ਚ ਪਾਏ ਨੇ ਫਿਰ ਇਹਦਾ ਛੇਤੀ ਕਰੋ ਜੀ ਇਲਾਜ ਕੋਈ ਇਹ ਤਾਂ ਇੱਕ ਚੰਬਲਿਆ ਹੋਇਆ ਜੱਟ ਹੈ ਇਸਦੀ ਕਿੱਡੀ ਕੋਈ ਗੱਲ ਹੈ ਬਾਈ ਜੇ ਇਹਦਾ ਇਲਾਜ ਹੋ ਜੇ ਮੈਂ ਤਾਂ ਤੁਹਾਡਾ ਕੌਣ ਨਾ ਭੁੱਲਣਾ ਦੇਖ ਆਪਾਂ ਲੜਕੇ ਤਾਂ ਨਹੀਂ ਇਹ ਤੋਂ ਜਿੱਤ ਸਕਦੇ ਹੈਗੇ ਇਹਦੇ ਘਰੇ 499 ਰੁਪਏ ਡੇਗਦੇ ਕੰਧ ਉੱਤੋਂ ਦੀ ਠੀਕ ਹੈ ਜੀ ਤੇ ਉਧਾਰ ਦੇਣੀ ਇਹਨੂੰ ਬੰਦ ਕਰ ਦੇ ਤੂੰ ਠੀਕ ਹੈ ਜੀ ਫਿਰ ਦੇਖੀ ਤੂੰ ਇਹਦਾ ਹਿੱਲਾ ਲੈ ਬਾਈ ਇਹ ਵੀ ਪਹਿਲਾਂ ਕੋਈ ਹੱਟ ਹੋਇਆ ਚਲੋ 500 ਰੁਪਇਆ ਗਵਾ ਲਾਂਗੇ ਆਪਾਂ ਦੇਖਦੇ ਕੰਧ ਉੱਤੋਂ ਦੀ ਲੈ ਦੇ ਪੂਰੇ ਪੈਸੇ ਹੱਥ ਨੇ ਪੀ ਕੇ ਦਾਰੂ ਉਰੇ ਟਾਂਗਾ ਮਾਰੂ ਨਾਲੇ ਆਪਾਂ ਨੂੰ ਗਾਲਾਂ ਕੱਢੂ ਕਾਹਨੂੰ ਮਾਰਦਾ ਚਾਂਗਾ ਬਸ ਤੂੰ ਝੱਟ ਦੇਖਦਾ ਜਾਈ ਇਹਦੀ ਦੇਖ ਬਾਈ ਮੈਨੂੰ ਤਾਂ ਨੀ ਲੱਗਦਾ ਵੀ ਇਹ ਹੱਲ ਕਰੇ ਤੇ ਇਹਦਾ ਕੋਈ ਇਲਾਜ ਹੋ ਜੂਗਾ ਪਰ ਤੁਸੀਂ ਵੱਡੇ ਹੋ ਚਲੋ ਕੋਈ ਨਾ ਤੁਹਾਡਾ ਤੁਹਾਡੀ ਸਲਾਹ ਮੰਨ ਲੈਂਦੇ ਹਾਂ ਜੇ ਤੂੰ ਇਹਨੂੰ ਦੱਸ ਦੇਈਗਾ ਨਾ ਫਿਰ ਇਹਦਾ ਹਿੱਲਾ ਨਹੀਂ ਹੋਣਾ ਕੋਈ ਬੱਦਾ ਲਾਲਾ ਦੀ ਉਮਰੋਂ ਲੰਘ ਗਿਆ ਲੱਗਦਾ ਦਿਮਾਗੋਂ ਪੈਦਲ ਹੋ ਗਿਆ ਕਹਿੰਦਾ 499 ਰੁਪਈਏ ਦੇਖਦੇ ਤੜਕੀ ਤੜਕੀ 500 ਦਾ ਨੁਕਸਾਨ ਜੀ ਜ਼ਿਆਦਾ ਕਰਦਾ ਨਹੀਂ ਦੇਖਣ ਨੂੰ ਐਂ ਲੱਗਦਾ ਜਿਵੇਂ ਲੱਛਮੀ ਲੁੱਛ ਕੇ ਘਰ ਜਾਂਦੀ ਹੋਵੇ ਚੱਲ ਕਰਦਾ ਜਾਂ ਦਿਲ ਕਰਕੇ ਦੇਖ ਦਾਂਗੇ ਕੀ ਪਤਾ ਫਾਇਦੀ ਹੋ ਜੇ ਉਹਨੇ ਡਾਕਟਰਾਂ ਨੂੰ ਦੇ ਦਾਂਗੇ ਰੋਜ਼ ਛੱਟ ਮਾਰ ਜਾਂਦੇ ਇਹ ਕੰਜਰ ਦਾ ਇਲਾਜ ਵੀ ਕਰਨਾ ਜ਼ਰੂਰੀ ਹੈ ਚਲੋ ਦੇਖ ਲਾਂਗੇ ਕੱਲ੍ਹ ਨੂੰ ਦੇਖ ਦਾਂਗੇ ਹਰੇ ਰਾਮ ਹਰੇ ਰਾਮ 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 ਅੱਜ ਦੇਵੀ ਦੀ ਤਾਂ ਪੂਜਾ ਬਾਅਦ 'ਚ ਕਰੂੰ ਪਹਿਲਾਂ ਜੱਟ ਵਾਲਾ ਕੰਮ ਦੇ ਕੰਮ ਬਾਈ ਕਹਿੰਦਾ ਤੀ ਪੈਸੇ ਦੇਖਦੀ ਇਹਦੇ ਘਰੇ ਅੱਜ ਦੇਵੀ ਨੂੰ ਤਾਂ ਬਾਅਦ 'ਚ ਪੁੱਛਾਂ ਪਹਿਲਾਂ ਜੱਟ ਕੀ ਦੇਖਦਾ ਜੱਟਾ ਉਹ ਜੀ ਜਾਤਾ ਕਰਦਾ ਨਹੀਂ 499 ਰੁਪਈਏ ਬਿਨਾਂ ਗਵਾ ਲਈਏ ਕਿਤੇ ਇਹਦਾ ਕੀ ਹੈ ਮੈਂ ਲੰਘਦਾ ਪੀ ਕੇ ਚੰਗਾ ਮਾਰੂ ਸ਼ਾਮ ਨੂੰ ਠੀਕ ਹੈ ਨਾ ਤਾਂ ਤਜਰਬਾ ਬੜੇ ਛੇਤਾਂ ਦਾ ਦੇਖ ਲੈ ਨਹੀਂ ਤਾਂ
ਪਿੰਡ ਚ ਗੇੜਾ ਮਾਰ ਕੇ ਆਨੇ ਆ। ਓਏ ਆ ਕੀ ਸਵੇਰੇ ਸਵੇਰੇ ਮਾਇਆ ਦੇ ਦਰਸ਼ਨ, ਬੜਾ ਭਾਗਾਂ ਦਿਨ ਚੜਿਆ ਅੱਜ ਤਾਂ। 200 ਹੋਰ, 200 ਪੰਜਾਹ, 20 ਹੋਰ ਵੀ, ਕਿਆ ਬਾਤ ਹੈ। 5 2 2 ਕਿੰਨੇ ਹੋ ਗਏ ਇਹ? 200 200 400 450 460 70 80 90 90 ਤੇ 5 95 97 99 ਉਹ ਆ ਕੀ ਰੱਬਾ, 1 ਰੁਪਿਆ ਦੇ ਦਿੰਦਾ ਤੇਰਾ ਕੀ ਜਾਂਦਾ ਦੀ, ਪਹਿਲਾਂ ਹੀ ਕੱਟੀ ਜਾਂਦਾ 1 ਰੁਪਿਆ ਕੱਟ ਲਿਆ, ਕੋਠੀ ਪਾ ਲਏਗਾ ਤੂੰ 1 ਰੁਪਿਏ ਨਾਲ? ਜੇ 1 ਰੁਪਿਆ ਦੇ ਦਿੰਦਾ 500 ਦਾ ਪੂਰਾ ਨੋਟ ਹੀ ਬਣ ਗਿਆ ਤੀ। ਜਦੋਂ ਤੱਕ ਜੱਟ ਦੀ ਜੇਬ 'ਚ 500 ਦਾ ਨੋਟ ਨਾ ਹੋਵੇ ਨਾ, ਪ੍ਰੂਵ ਨਹੀਂ ਪੈਂਦਾ ਹੈਗਾ। ਹੁਣ 1 ਰੁਪਿਆ ਕਿੱਥੋਂ ਲੈ ਕੇ ਆਵਾਂ ਮੈਂ? 500 ਦਾ ਨੋਟ ਕਰਨਾ ਪੂਰਾ, 1 ਰੁਪਿਆ ਕਿੱਥੋਂ ਆਊਗਾ? 500 ਦਾ ਨੋਟ ਬਣੂ ਕਿਵੇਂ? ਸੋਚਣਾ ਪਊਗਾ, ਕਰਦਿਆ ਕੋਈ। ਗਈ ਪੈ ਗਿਆ ਕੀ ਕਰਾਂ ਮੈਂ? ਕਿਵੇਂ ਪੂਰੇ ਕਰਾਂ ਇਹਨਾਂ ਨੂੰ? ਇਹ ਤਾਂ ਫੇਰ ਘੱਟ ਪਿਆ ਹੈ। ਕਰਨਾ ਪਊਗਾ ਕੁਛ। ਕੀ ਕਰਾਂ, ਮੈਨੂੰ ਲੱਗਦਾ ਕਣਕ ਪਾ ਕੇ ਆਉਂਦੇ ਹਾਂ 1 ਬਾਟੀ 5-6 ਰੁਪਿਆਂ ਦੀ ਤਾਂ ਹੋ ਜੂਗੀ, 1 ਰੁਪਿਆ ਵਿੱਚ ਪੈ ਜੂਗਾ, 500 ਦਾ ਨੋਟ ਬਣ ਜੂਗਾ। ਅਸੀਂ ਕਰਦੇ ਹਾਂ, ਮੈਂ ਜਾਂਦਾ ਹੱਟ 'ਤੇ, ਹੱਟ 'ਤੇ ਜਾਣਾ ਪਊਗਾ। 100 200 400 ਲੱਗਦਾ ਜੱਟ ਅੱਜ ਬਿਮਾਰ ਬਮੂਰ ਹੈ, ਅੱਜ ਬੋਲੀ ਨਹੀਂ। ਮੈਨੂੰ ਲੱਗਦਾ ਜੱਟ ਤਾਂ ਪੈ ਲਿਆ ਬਾਣੀ। ਉਹ ਠੀਕ ਹੈ, ਹੁਣ ਆਵੇਗਾ।